ਸਾਰੇ ਹੀ ਪਤਵੰਤੇ ਵੀਰੋ ਭੈਣੋ ਨੌਜਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਖੁਸ਼ੀ ਹੈ ਕਿ ਤੁਹਾਡੇ ਸਾਰੇ ਭੈਣ ਭਰਾਵਾਂ ਦੇ ਨੌਜਵਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਮੈਂ ਪਹਿਲਾਂ ਵੀ ਸੰਗਤ ਦਰਸ਼ਨ ਪ੍ਰੋਗਰਾਮ ਹੁੰਦਾ ਸੀ ਤੁਹਾਡੇ ਕੋਲ ਆਉਂਦੇ ਸਾਂ ਤੇ ਤੁਹਾਡਾ ਜੋ ਵੀ ਹੁਕਮ ਹੁੰਦਾ ਸੀ ਉਹਨੂੰ ਸਿਰੇ ਚਾੜਦੇ ਸਾਂ। ਖਾਸ ਕਰਕੇ ਜਿਹੜਾ ਮੇਰਾ ਅਖੀਰਲਾ ਸੰਗਤ ਦਰਸ਼ਨ ਸੀ ਉਹਦੇ ਜਿੰਨੇ ਵੀ ਆਪਣੇ ਪਿੰਡ ਗਿਆ ਮੈਂ ਉੱਥੇ ਉਹਨਾਂ ਨੂੰ ਆਖਿਆ ਵੀ ਭਰਾਓ ਕੋਈ ਇੱਕ ਵੀ ਕੰਮ ਹੈ ਉਹ ਨਾ ਰਹਿ ਜਾਏ, ਜਿਹੜਾ ਕੁਛ ਤੁਸੀਂ ਆਖੋ ਉਹ ਸਾਰੇ ਮੈਂ ਤੁਹਾਡੇ ਹੁਕਮ ਦੀ ਤਮੀਲ ਕਰੂੰਗਾ। ਹੁਣ ਇਹ ਜਿਹੜਾ ਮਸਲਾ ਹੈ ਇਹਦੇ ਦੋ ਚੀਜ਼ਾਂ ਹੀ ਹਨ। ਇਲੈਕਸ਼ਨ 'ਚ ਇੱਕ ਤਾਂ ਤੁਸੀਂ ਆਪਣਾ ਨੁਮਾਇੰਦਾ ਚੁਣਨਾ ਹੈ ਵੀ ਕਿਹੜਾ ਸਾਡਾ ਨੁਮਾਇੰਦਾ ਇਸ ਹਲਕੇ ਦਾ ਹੋਵੇ। ਇੱਕ ਦੇਖਣਾ ਕਿ ਸਰਕਾਰ ਕਿਹਦੀ ਬਣੇ, ਤਾਂ ਕਰਨਾ ਕੋਈ ਮੁਸ਼ਕਲ ਨਹੀਂ। ਪਟਿਆਲੇ ਦਾ ਨਾ ਪਿੰਡਾਂ ਦੇ ਨਾਵਾਂ ਦਾ ਪਤਾ ਨਾ ਰਾਹ ਦਾ ਪਤਾ। ਔਰ ਇੱਕ ਦੇ ਵੋਟਰਾਂ ਨੂੰ ਚੈਲੰਜ ਕੀਤਾ ਕਿਹਦੇ ਮੁਕਾਬਲੇ 'ਤੇ, ਬੀਬਾ ਹਰਸਿਮਰਤ ਨੂੰ ਖੜਾ ਕੀਤਾ, 1.5 ਲੱਖ ਵੋਟਾਂ ਦੇ ਉਹਦੇ ਲੜਕੇ ਨੂੰ ਹਰਾਇਆ। ਅਤੇ ਖਾਸ ਕਰਕੇ ਅਸੈਂਬਲੀ ਹਲਕਾ ਲੰਬੀ ਦੀਆਂ ਵੋਟਾਂ ਉੱਥੇ ਪੈਣੀਆਂ ਸਨ, 40,000 ਤੇ ਤੁਸੀਂ ਵੋਟਾਂ ਹਰਾਏ। ਹੁਣ ਫਿਰ ਉਹਦਾ ਹੰਕਾਰ ਕਰ ਆਮ ਆਦਮੀ ਹੈ। ਇਹ ਦੋਵੇਂ ਸ਼ੁਰਲੀਬਾਜ਼ ਨੇ, ਗੱਲਾਂ ਕਰਨੇ ਆ, ਲੇਕਿਨ ਭਰਾਓ ਇਹਨਾਂ ਨੇ ਕਦੇ ਸੇਵਾ ਨਹੀਂ ਕਰਨੀ। ਹੁਣ ਮੈਂ ਤਾਂ 70 ਸਾਲ ਦਾ ਤੁਹਾਡੇ ਇੱਥੇ ਕੰਮ ਕਰਦਾ, ਔਰ ਜੋ ਕੰਮ ਹੋਇਆ ਪੰਜਾਬ ਵਿੱਚ ਆਪਣੀ ਸਰਕਾਰ ਵਿੱਚ, ਉਹ ਇਲਾਜ ਕਰਾਉਣ ਵਾਸਤੇ ਕੈਂਸਰ ਦੇ ਇਲਾਜ ਮੁਫਤ, ਪੀਲੀਏ ਦੇ ਇਲਾਜ ਮੁਫਤ, ਆਹ ਗਲੀਆਂ ਤੁਹਾਡੇ ਬਣ ਰਹੀਆਂ, ਕੰਕਰੀਟ ਦੀਆਂ ਗਲੀਆਂ ਕਿਤੇ ਬਣੀਆਂ, ਇਹ ਤਾਂ ਹੀ ਬਣੀਆਂ ਜੇ ਚਲੋ ਜਿਹੜੇ ਰਹਿ ਗਏ ਫਿਰ ਕਰ ਦਿਆਂਗੇ। ਮੇਰਾ ਮਤਲਬ ਪਤਾ ਹੀ ਨਹੀਂ ਪਾਈਪ ਲਾਈਨ ਕਿਵੇਂ ਪੈਂਦੀ ਹੈ ਇਹ ਲੋਕਾਂ ਨੂੰ ਹੁੰਦੀ ਹੈ। ਆਰ ਦੂਜਾ ਜਿਹੜਾ ਦਿੱਲੀਓਂ ਆਉਣਾ ਆਇਆ ਇਹਨਾਂ ਦਿਨ ਕੇਸਰੀ ਵਾਲਾ, ਉਹ ਇੱਥੇ ਇਹਨਾਂ ਨੂੰ ਪੁੱਛ ਲਓ ਵੀ ਅੱਜ ਆ ਕਣਕ ਹੈ ਕਿ ਜੌਂ ਹੈ, ਇਹ ਨਹੀਂ ਪਤਾ ਹੋਣਾ। ਸ਼ਹਿਰੀ ਲੋਕ ਹੈ, ਦੇਖੋ ਆਪਾਂ ਤਾਂ ਐਨ ਹੇਠਾਂ ਤੋਂ ਉੱਤੋਂ ਤੱਕ ਸਾਰੀਆਂ ਤਕਲੀਫਾਂ ਲੋਕਾਂ ਦੀਆਂ ਜਾਣਦੇ ਹਾਂ, ਸਾਰੇ ਪੰਜਾਬ ਦਾ ਪਤਾ ਹੈ, ਤਾਂ ਹੀ ਇਹ ਚੰਗੀਆਂ ਗੱਲਾਂ ਹੋਈਆਂ। ਇਸ ਕਰਕੇ ਤੁਹਾਡਾ ਪਾਲਾ ਸਮਾਂ ਨਹੀਂ ਲੈਣਾ ਅਤੇ ਮੈਂ ਬਸ ਇਹੀ ਬੇਨਤੀ ਕਰਦਾ ਕਿ ਸਾਰਿਆਂ ਦਾ ਛੋਟਾ ਜਿਹਾ ਪਿੰਡ ਹੈ ਪਰ ਮੇਰੇ ਵਾਸਤੇ ਤਾਂ ਬਹੁਤ ਵੱਡਾ ਪਿੰਡ ਹੈ। ਕਈ ਵਾਰੀ ਵੱਡੇ ਪਿੰਡਾਂ 'ਚ ਘੱਟ ਵੱਧਦੀਆਂ, ਛੋਟੇ 'ਚ ਜ਼ਿਆਦਾ ਵੱਧ ਜਾਂਦੇ। ਹਾਂ ਇਹ ਇਸ ਕਰਕੇ ਚੰਗਾ ਝਾੜ ਹੋਵੇ, ਚੰਗਾ ਮਿਹਨਤ ਕਰੋ, ਇੰਨਾ ਮੈਂ ਹੋਰ ਬਹੁਤਾ ਕੁਛ ਨਹੀਂ ਕਹਿਣਾ। ਤੁਹਾਡਾ ਧੰਨਵਾਦ ਕਰਨ ਵਾਸਤੇ ਹੀ ਆਇਆ ਸਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।